ਮਾਨਸਾ ਦੇ ਕੋਟਲੇ ਪਿੰਡ 30 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ। ਦੋ ਮੁਲਜ਼ਮਾਂ ਨੇ ਕਰੀਬ 6 ਰਾਊਂਡ ਕੀਤੇ ਫਾਇਰ। ਪਿੰਡ ਦੇ ਬੱਸ ਸਟੈਂਡ ਤੇ ਬੈਠਾ ਹੋਇਆ ਸੀ ਕੁਲਵਿੰਦਰ ਸਿੰਘ। ਮੁੰਬਈ ਲੋਕਲ ਟ੍ਰੇਨ 'ਚ ਸਿੱਖ TTE ਜਸਬੀਰ ਸਿੰਘ ਨਾਲ ਕੁੱਟਮਾਰ, ਬਿਨਾਂ ਟਿਕਟ ਤੋਂ ਸਫ਼ਰ ਕਰ ਰਹੇ ਕੁਝ ਲੋਕਾਂ ਨੇ ਕੁੱਟਿਆ। ਬਾਅਦ 'ਚ ਮੁਲਜ਼ਮ ਨੇ ਮੰਗੀ ਲਿਖਤੀ ਮੁਆਫ਼ੀ। SGPC ਤੇ ਅਕਾਲੀ ਦਲ ਨੇ ਘਟਨਾ ਦੀ ਕੀਤੀ ਨਿਖੇਧੀ। ਕੋਲਕਾਤਾ ਦਰਿੰਦਗੀ ਮਾਮਲੇ ਤੋਂ ਬਾਅਦ ਗ੍ਰਹਿ ਮੰਤਰਾਲਾ ਸਖ਼ਤ, ਸੂਬਿਆਂ ਨੂੰ ਹਰ 2 ਘੰਟੇ 'ਚ ਕਾਨੂੰਨ ਵਿਵਸਥਾ ਦੀ ਰਿਪੋਰਟ ਦੇਣ ਦੇ ਆਦੇਸ਼। ਫੈਕਸ, ਈਮੇਲ ਜਾਂ ਵਟਸਐਪ ਰਾਹੀਂ ਰਿਪੋਰਟ ਭੇਜਣ ਲਈ ਕਿਹਾ। ਸੀਐਮ ਮਾਨ ਪੈਰਿਸ ਓਲੰਪਿਕਸ 'ਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਕਰਨਗੇ ਸਨਮਾਨਿਤ। ਹਾਕੀ ਖਿਡਾਰੀਆਂ ਨੂੰ ਮਿਲੇਗੀ 1-1 ਕਰੋੜ ਦੀ ਇਨਾਮੀ ਰਾਸ਼ੀ, ਬਾਕੀ ਖਿਡਾਰੀਆਂ ਨੂੰ ਮਿਲਣਗੇ 15-15 ਲੱਖ। ਹਰਿਆਣਾ ਕੇਡਰ ਦੇ ਮੰਦੀ ਬਰਾੜ ਹੋਣਗੇ ਚੰਡੀਗੜ੍ਹ ਦੇ ਨਵੇਂ ਗ੍ਰਹਿ ਸਕੱਤਰ। ਕੇਂਦਰ ਨੇ ਡੈਪੂਟੇਸ਼ਨ ਤੇ ਲਈ ਦਿੱਤੀ ਜਾਣਕਾਰੀ। ਪਹਿਲਾਂ ਚੰਡੀਗੜ੍ਹ ਦੇ DC ਵੀ ਰਹਿ ਚੁੱਕੇ ਨੇ ਮੰਦੀ ਬਰਾੜ। ਵਿਨੇਸ਼ ਫੋਗਾਟ ਨੇ ਸੰਨਿਆਸ ਵਾਪਸ ਲੈਣ ਦੇ ਦਿੱਤੇ ਸੰਕੇਤ, ਬੋਲੇ ਓਲੰਪਿਕਸ ਮੈਡਲ ਦਾ ਜ਼ਖਮ ਡੂੰਘਾ, ਫਿਲਹਾਲ ਕੁਸ਼ਤੀ ਛੱਡਣ ਤੇ ਕੁਝ ਨਹੀਂ ਕਹਿ ਸਕਦੀ, ਲੜਾਈ ਰਹੇਗੀ ਜਾਰੀ। ਨੰਗਲ 'ਚ ਸੇਬ ਨਾਲ ਭਰਿਆ ਟਰੱਕ ਪਲਟਿਆ, ਹਾਦਸੇ 'ਚ ਇੱਕ ਸ਼ਖਸ ਦੀ ਮੌਤ, 1 ਜ਼ਖਮ। ਮਸ਼ਹੂਰ ਪੰਜਾਬੀ ਗਾਇਕ ਸਾਥੀ ਕੇ ਨੂੰ ਪਿਆ ਦਿਲ ਦਾ ਦੌਰਾ, ਕੈਨੇਡਾ ਦੇ ਮਿਸਿਸਾਗਾ ਦੇ ਹਸਪਤਾਲ 'ਚ ਚੱਲ ਰਿਹਾ ਇਲਾਜ, ਫੈਨਸ ਵੱਲੋਂ ਸਲਾਮਤੀ ਲਈ ਦੁਆਵਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ, ਨਿਊਜ਼ 18 ਪੰਜਾਬ। ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਬੁਲੇਟਿਨ ਦੀ ਸ਼ੁਰੂਆਤ ਇੱਕ ਅਹਿਮ ਤੇ ਵੱਡੀ ਖਬਰ ਨਾਲ ਕਰਨ ਜਾ ਰਹੇ ਹਾਂ। ਸੁਖਬੀਰ ਸਿੰਘ ਬਾਦਲ ਜ਼ਿਮਨੀ ਚੋਣ ਲੜ ਸਕਦੇ ਨੇ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਗਿੱਦੜ ਬਾਹਾ 'ਚ ਜੋ ਆਪਣੀ ਸਰਗਰਮੀ ਹੈ, ਐਕਟੀਵਿਟੀਜ਼ ਆਪਣੀਆਂ ਵਧਾ ਦਿੱਤੀਆਂ ਨੇ। ਦੱਸ ਦੇ ਕੇ ਲਗਾਤਾਰ ਅੱਜ 2 ਦਿਨ ਗਿੱਦੜ ਬਾਹਾ 'ਚ ਨੇ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗਿੱਦੜ ਬਾਹਾ ਦਾ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਕੱਲ੍ਹ ਵੀ ਸੁਖਬੀਰ ਸਿੰਘ ਬਾਦਲ ਨੇ ਗਿੱਦੜ ਬਾਹਾ ਦੇ ਪਿੰਡਾਂ ਦਾ ਦੌਰਾ ਕੀਤਾ ਸੀ। ਦੱਸ ਕੇ ਬਾਦਲ ਪਰਿਵਾਰ ਦੀ ਸੀਟ ਰਹੀ ਹੈ ਗਿੱਦੜ ਬਾਹਾ, ਤੇ ਗਿੱਦੜ ਬਾਹਾ ਤੋਂ 5 ਵਾਰ ਵਿਧਾਇਕ ਰਹੇ ਨੇ ਸਾਬਕਾ CM ਸਰਦਾਰ ਪ੍ਰਕਾਸ਼ ਸਿੰਘ ਬਾਦਲ। ਜ਼ਿਕਰਯੋਗ ਹੈ ਕਿ ਗਿੱਦੜ ਬਾਹਾ ਸਣੇ ਪੰਜਾਬ ਦੀਆਂ 4 ਸੀਟਾਂ ਤੇ ਬਾਏ ਇਲੈਕਸ਼ਨ ਜ਼ਿਮਨੀ ਚੋਣਾਂ ਹੋਣੀਆਂ ਨੇ। ਪਹਿਲਾਂ ਕਿਆਸ ਲਗਾਏ ਜਾ ਰਹੇ ਸੀ ਕਿ ਜੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹਰਿਆਣਾ ਤੇ ਜੰਮੂ ਕਸ਼ਮੀਰ ਦੀ ਇਲੈਕਸ਼ਨ ਦਾ ਅਸੈਂਬਲੀ ਇਲੈਕਸ਼ਨ ਦਾ ਐਲਾਨ ਕੀਤਾ ਗਿਆ, ਉਸਦੇ ਨਾਲ ਹੀ ਜੋ ਪੰਜਾਬ 'ਚ 4 ਬਾਏ ਇਲੈਕਸ਼ਨ ਹੋਣੀਆਂ ਨੇ ਵਿਧਾਨ ਸਭਾ ਸੀਟਾਂ ਤੇ, ਉਸਦਾ ਵੀ ਐਲਾਨ ਕੀਤਾ ਜਾਏਗਾ। ਪਰ ਉਸਦਾ ਐਲਾਨ ਨਹੀਂ ਕੀਤਾ ਗਿਆ, ਪਰ ਆਹ ਜ਼ਰੂਰ ਕਲੀਅਰ ਕਰ ਦਿੱਤਾ ਗਿਆ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਹੀ ਬਾਏ ਇਲੈਕਸ਼ਨ ਕਰਵਾਈਆਂ ਜਾਣਗੀਆਂ। ਪਰ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਜ਼ਿਮਨੀ ਚੋਣਾਂ ਦਾ ਐਲਾਨ ਨਹੀਂ ਕੀਤਾ। ਦੱਸ ਦਈਏ ਕਿ ਕੱਲ੍ਹ ਗਿੱਦੜ ਬਾਹਾ ਦੌਰੇ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ ਤੇ ਲਿਖਿਆ ਸੀ ਕਿ ਗਿੱਦੜ ਬਾਹਾ ਮੇਰਾ ਪਰਿਵਾਰਕ ਹਲਕਾ ਹੈ ਅਤੇ ਇੱਥੋਂ ਦੇ ਵਸਨੀਕ ਮੇਰੇ ਪਰਿਵਾਰ ਦਾ ਅਹਿਮ ਹਿੱਸਾ ਨੇ। ਤੇ ਕੱਲ੍ਹ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਨੇ, ਕਿਉਂਕਿ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗਿੱਦੜ ਬਾਹਾ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਮੇਰੇ ਨਾਲ ਮੇਰੇ ਸਹਿਯੋਗੀ ਵਿਨੇਸ਼ ਫੋਨ ਲਾਈਨ ਤੇ ਜੁੜੇ ਹੋਏ ਨੇ। ਵਿਨੇਸ਼, ਕਹਿ ਸਕਦੇ ਕਿ ਆਉਣ ਵਾਲੀਆਂ ਜ਼ਿਮਨੀ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਸਾਨੂੰ ਬਾਏ ਇਲੈਕਸ਼ਨ ਲੜਦੇ ਹੋਏ ਵੇਖੇ ਜਾ ਸਕਦੇ ਨੇ, ਤੇ ਗਿੱਦੜ ਬਾਹਾ ਦੀ ਸੀਟ ਇੱਕ ਹੌਟ ਸੀਟ ਬਣ ਸਕਦੀ ਹੈ? ਸਰਬਜੋਤ, ਦੇਖੋ ਕਿ ਜਿਹੜਾ ਜਦੋਂ ਤੋਂ ਗਿੱਦੜਵਾ ਸੀਟ ਖਾਲੀ ਹੋਈ ਹੈ ਉਦੋਂ ਤੋਂ ਵੀ ਚਰਚਾ ਦਾ ਬਾਜ਼ਾਰ ਗਰਮ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਗਿੱਦੜਵਾ ਤੋਂ ਜਿਮਨੀ ਚੋਣ ਲੜਨਗੇ। ਜਿਹੜੇ ਸਾਡੇ ਸੋਰਸਿਸ ਦੱਸ ਰਹੇ ਆ ਕਿ ਉਹ ਅਕਾਲੀ ਦਲ ਵਿੱਚ ਵੀ ਇਸ ਚੀਜ਼ ਦੀ ਡਿਮਾਂਡ ਉੱਠੀ ਹੋਈ ਆ। ਅਕਾਲੀ ਦਲ ਦਾ ਜਿਹੜੇ ਵਰਕਰ ਹੈ, ਅਕਾਲੀ ਦਲ ਦੇ ਜਿਹੜੇ ਕੈਡਰ ਹੈ ਉਸ ਬੈਲਟ ਦਾ, ਉਹ ਇਸ ਗੱਲ ਦੀ ਚਰਚਾਵਾਂ ਕਰ ਰਹੇ ਆ ਕਿ ਗਿੱਦੜਵਾ ਤੋਂ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਨੀ ਚਾਹੀਦੀ ਹੈ। ਉਸ ਦੇ ਪਿੱਛੇ 2 ਕਾਰਨ ਹੈ। ਇੱਕ ਤਾਂ ਜਿਹੜੀ ਗਿੱਦੜਵਾ ਹੈ ਕਿ ਬਾਦਲ ਪਰਿਵਾਰ ਦੀ ਪੁਸ਼ਤੈਨੀ ਸੀਟ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਇੱਥੋਂ 5 ਵਾਰੀ MLA ਰਹਿ ਚੁੱਕੇ ਹੈ। ਉਸ ਤੋਂ ਬਾਅਦ 95 ਦੀ ਜਿਮਨੀ ਚੋਣ ਹੋਈ ਸੀ, ਉਦੋਂ ਮਨਪ੍ਰੀਤ ਬਾਦਲ ਪਹਿਲੀ ਵਾਰੀ
ਚੋਣ ਲੜੇ ਸੀ ਉਹ ਵੀ ਬੈਕ ਟੂ ਬੈਕ ਇੱਥੋਂ 4 ਵਾਰੀ MLA ਰਹੇ ਅਤੇ ਇਹ ਇਸ ਕਰਕੇ ਜਿਹੜੀ ਗਿੱਦੜਵਾ ਸੀਟ ਹੈ ਉਹ ਬਾਦਲ ਪਰਿਵਾਰ ਦੀ ਆਪਣੀ ਪੁਸ਼ਤੈਨੀ ਸੀਟ ਰਹੀ ਹੈ ਅਤੇ 1995 ਦੀ ਜਿਮਨੀ ਚੋਣ ਜਿੱਤਣ ਤੋਂ ਬਾਅਦ ਹੀ ਅਕਾਲੀ ਦਲ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਰਿਵਾਈਵ ਹੋਇਆ ਸੀ ਅਤੇ 97 ਵਿੱਚ ਸੱਤਾ 'ਚ ਆਇਆ ਸੀਗਾ ਅਤੇ ਹੁਣ ਵੀ ਜਿਹੜੇ ਹਾਲਾਤ ਹੈ ਅਕਾਲੀ ਦਲ ਦੀ ਜਿਹੜੀ ਕੰਡੀਸ਼ਨ ਹੈ ਬਹੁਤ ਵਧੀਆ ਨਹੀਂ ਹੈ ਅਤੇ ਉਸ ਚੱਕਰ 'ਚ ਚਰਚਾਵਾਂ ਦਾ ਬਾਜ਼ਾਰ ਚੱਲ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਵਾ ਤੋਂ ਜਿਮਨੀ ਚੋਣ ਲੜਨੀ ਚਾਹੀਦੀ ਹੈ ਜਾਂ ਕੀ ਅੱਜ ਸੁਖਬੀਰ ਸਿੰਘ ਬਾਦਲ ਗਿੱਦੜਵਾ ਤੋਂ ਜਿਮਨੀ ਚੋਣ ਲੜ ਸਕਦੇ ਨੇ ਇਹਨਾਂ ਚਰਚਾਵਾਂ ਨੂੰ ਹੋਰ ਬਲ ਮਿਲਿਆ ਜਦੋਂ ਸੁਖਬੀਰ ਸਿੰਘ ਬਾਦਲ ਨੇ ਆਪਦੀ ਜਿਹੜੀ ਐਕਟੀਵਿਟੀ ਹੈ ਉਹ ਗਿੱਦੜਵਾ ਤੋਂ ਗਿੱਦੜਵਾ ਹਲਕੇ 'ਚ ਅਚਾਨਕ ਵਧਾ ਤੀ ਉਹਨਾਂ ਨੇ ਜਿਹੜੀ ਆਪਦੀ ਐਕਟੀਵਿਟੀ ਹੈ ਕੱਲ੍ਹ ਪੂਰਾ ਦਿਨ ਉਹਨਾਂ ਨੇ ਗਿੱਦੜਵਾ ਹਲਕੇ ਵਿੱਚ ਪੂਰਾ ਦਿਨ ਗਿੱਦੜਵਾ ਹਲਕੇ ਵਿੱਚ ਕੈਂਪੇਨ ਕੀਤੀ ਗਿੱਦੜਵਾ ਦੇ ਪਿੰਡ ਹੈ ਕੌਣੀ ਪਿੰਡ ਹੋਵੇ ਖਿੜਕੀਆਂ ਵਾਲਾ ਪਿੰਡ ਹੋਵੇ ਪੂਰਾ ਦਿਨ ਕੈਂਪੇਨ ਕੀਤੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹ ਕੌਣੀ ਪਿੰਡ ਹੋਇਆ ਖਿੜਕੀਆਂ ਵਾਲਾ ਪਿੰਡ ਹੋਇਆ ਦੋਧਾ ਇਲਾਕੇ ਦੇ ਨਾਲ ਲੱਗਦੇ ਪਿੰਡ ਹੈ ਜਿਹੜੇ ਕਿ ਅਕਾਲੀ ਦਲ ਦਾ ਕਿਸੇ ਵੇਲੇ ਗੜ੍ਹ ਮੰਨੇ ਜਾਂਦੇ ਸੀਗੇ ਅਤੇ ਸ਼ਾਮ ਨੂੰ ਉਹਨਾਂ ਨੇ ਇੱਕ ਫੇਸਬੁੱਕ ਪੋਸਟ ਵੀ ਪਾਈ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਗਿੱਦੜਵਾ ਉਹਨਾਂ ਦਾ ਪਰਿਵਾਰਿਕ ਹਲਕਾ ਹੈ ਕਾਫੀ ਪਰਿਵਾਰਾਂ ਨੂੰ ਉਹ ਮਿਲੇ ਜਿਨ੍ਹਾਂ ਦੀ ਵੱਡੇ ਬਾਦਲ ਸਾਹਿਬ ਦੇ ਨਾਲ ਫੋਟੋ ਸੀ ਕਿਉਂਕਿ ਵੱਡੇ ਬਾਦਲ ਸਾਹਿਬ ਉੱਥੋਂ ਮੈਂ ਦੱਸਿਆ 5 ਵਾਰੀ MLA ਰਹੇ ਹੈ ਅਤੇ ਕਾਫੀ ਐਕਟਿਵ ਰਹੇ ਹੈ ਅਤੇ ਹੁਣ ਜਦੋਂ ਅੱਜ ਦਾ ਸਕੈਡਿਊਲ ਸਾਹਮਣੇ ਆਇਆ ਤਾਂ ਅੱਜ ਵੀ ਉਹਨਾਂ ਨੇ ਪੂਰਾ ਜਿਹੜਾ ਗਿੱਦੜਵਾ ਹਲਕੇ ਵਿੱਚ ਉਹ ਕੈਂਪੇਨ ਕਰ ਰਹੇ ਆ ਪੂਰਾ ਦਿਨ ਅੱਜ ਵੀ ਜੇ ਸਵੇਰੇ ਤੋਂ ਲੈ ਕੇ ਹੁਣ ਉਹਨਾਂ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੋਏਗਾ ਅਤੇ ਹੁਣ ਤੋਂ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਗਿੱਦੜਵਾ ਦਾ ਪਿੰਡ ਹੈ ਕੋਠੇ ਅਮਰਗੜ੍ਹ ਉੱਥੋਂ 9:30 ਤੋਂ ਉਹਨਾਂ ਦਾ ਪ੍ਰੋਗਰਾਮ ਸ਼ੁਰੂ ਹੋਣਾ ਸੀਗਾ ਅਤੇ ਸ਼ਾਮ ਨੂੰ ਕੋਟਲੀ ਅਬਲੂ ਤੱਕ 7 ਵਜੇ ਤੱਕ 6:30 ਤੱਕ ਉਹਨਾਂ ਦੇ ਪ੍ਰੋਗਰਾਮ ਹੈ ਅਤੇ ਇਹ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਹਜੇ ਪੰਜਾਬ 'ਚ ਤਾਂ ਜਿਮਨੀ ਚੋਣਾਂ ਅਨਾਊਂਸ ਨਹੀਂ ਹੋਈਆਂ ਜੇ ਅੱਜ ਤੋਂ ਵੀ ਆਪਾਂ ਸੋਚੀਏ ਤਾਂ ਜਿਮਨੀ ਚੋਣਾਂ ਅੱਗੇ ਨਵੰਬਰ ਜਾਂ ਦਸੰਬਰ ਤੋਂ ਪਹਿਲਾਂ ਨਹੀਂ ਹੋ ਸਕਦੀਆਂ ਕਿਉਂਕਿ ਅਕਤੂਬਰ ਵਿੱਚ ਹਰਿਆਣਾ ਜੰਮੂ ਕਸ਼ਮੀਰ ਦੀਆਂ ਚੋਣਾਂ ਵਾਇੰਡ ਅਪ ਹੋਣਗੀਆਂ ਫਿਰ ਉਸ ਤੋਂ ਬਾਅਦ ਜੇ ਹਫ਼ਤੇ 10 ਦਿਨਾਂ ਬਾਅਦ ਵੀ ਚੋਣ ਕਮਿਸ਼ਨ ਚੋਣਾਂ ਅਨਾਊਂਸ ਕਰਦਾ ਤਾਂ ਉਹ ਜਾ ਕੇ ਨਵੰਬਰ ਜਾਂ ਦਸੰਬਰ ਵਿੱਚ ਹੋਣਗੀਆਂ ਤਾਂ ਨਵੰਬਰ ਦਸੰਬਰ ਦੇ ਹਿਸਾਬ ਨਾਲ ਵੀ 3 ਮਹੀਨੇ ਲਗਭਗ ਬਾਕੀ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਅਚਾਨਕ ਆਪਦੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਗਿੱਦੜਵਾ ਹਲਕੇ 'ਚ ਵਧਾ ਦਿੱਤੀ ਹੈ ਹਾਲਾਂਕਿ ਪੰਜਾਬ ਵਿੱਚ 4 ਹਲਕਿਆਂ 'ਚ ਚੋਣਾਂ ਹੋਣੀਆਂ ਪਰ ਉਹ ਫੋਕਸ ਉਹਨਾਂ ਦਾ ਗਿੱਦੜਵਾ 'ਤੇ ਹੀ ਜ਼ਿਆਦਾ ਹੈ ਅਤੇ ਇਹ ਚਰਚਾਵਾਂ ਦਾ ਬਾਜ਼ਾਰ ਮੋਟੋ ਗਰਮ ਕਿਤੇ ਕਿਹਾ ਜਾ ਸਕਦਾ ਹੈ ਕਿ ਆਪਣੀ ਪੋਲੀਟੀਕਲ ਸਾਖ ਕਿਵੇਂ ਰਿਵਾਈਵ ਕੀਤੀ ਜਾਏ ਇਸ ਤੇ ਵੀ ਫੋਕਸ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਦੇ ਵੱਲ ਬਿਲਕੁਲ ਸਰ ਮੈਂ ਇਹੀ ਗੱਲ ਕਹੀ ਸੀਗੀ ਕਿ ਇਸ ਵੇਲੇ ਜਿਹੜੀ ਅਕਾਲੀ ਦਲ ਦੀ ਕੰਡੀਸ਼ਨ ਹੈ ਜੇ ਸੁਖਬੀਰ ਸਿੰਘ ਬਾਦਲ ਚੋਣ ਲੜਦੇ ਹੈ ਤੇ ਚੋਣ ਲੜਨ ਤੋਂ ਬਾਅਦ ਇੱਕ ਤਰੀਕੇ ਨਾਲ ਉਹਨਾਂ ਦਾ ਕੈਡਰ ਬੂਸਟ ਹੁੰਦਾ ਕਿ ਪ੍ਰਧਾਨ ਆਪ ਚੋਣ ਲੜ ਰਹੇ ਹੈ ਤੇ ਜੇ ਉਸ ਦੇ ਨਤੀਜੇ ਅਕਾਲੀ ਦਲ ਦੇ ਪੱਖ ਵਿੱਚ ਰਹਿੰਦੇ ਹੈ ਤਾਂ ਉਸਦਾ ਅਕਾਲੀ ਦਲ ਨੂੰ ਭਵਿੱਖ ਵਿੱਚ ਬਹੁਤ ਫਾਇਦਾ ਹੋ ਸਕਦਾ ਹੈ ਜੇ ਇਸ ਤੋਂ ਇਲਾਵਾ ਜੇ ਸਿਰਫ ਚੋਣ ਲੜਨ ਨਾਲ ਹੀ ਉਹਨਾਂ ਦਾ ਕੈਡਰ ਬੂਸਟ ਹੁੰਦਾ ਕਿ ਜਿਹੜੇ ਪ੍ਰਧਾਨ ਹੈ ਲੀਡ ਕਰਕੇ ਉਹ ਚੋਣ ਲੜ ਰਹੇ ਆ ਦੂਸਰਾ ਗਿੱਦੜਵਾ ਉਹਨਾਂ ਦਾ ਆਪਦਾ ਹੱਲ ਕਰ ਰਿਹਾ ਉਸ ਹਲਕੇ ਤੋਂ ਸੁਖਬੀਰ ਬਾਦਲ ਅਣਜਾਣ ਨਹੀਂ ਹੈ ਉਸ ਹਲਕੇ ਦਾ ਪੂਰਾ ਪਿੰਡ ਪਿੰਡ ਇੱਕ ਇੱਕ ਗਲੀ ਗਲੀ ਦਾ ਸੁਖਬੀਰ ਸਿੰਘ ਬਾਦਲ ਨੂੰ ਜਾਣਕਾਰੀ ਹੈ ਕਿਉਂਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਫਿਰ ਮਨਪ੍ਰੀਤ ਬਾਦਲ ਉਸ ਹਲਕੇ 'ਚ ਚੋਣ ਲੜਦੇ ਰਹੇ ਅਤੇ ਸੁਖਬੀਰ ਸਿੰਘ ਬਾਦਲ ਵੀ ਜਦੋਂ ਫਰੀਦਕੋਟ ਲੋਕ ਸਭਾ ਹਲਕੇ ਤੋਂ MP ਸੀ ਉਦੋਂ ਗਿੱਦੜਵਾ ਫਰੀਦਕੋਟ ਦਾ ਹੀ ਪਾਰਟ ਸੀ ਅਤੇ ਉਦੋਂ ਵੀ ਉਸ ਵਿੱਚ ਉਹ ਕਾਫੀ ਐਕਟਿਵ ਰਹੇ ਹੈ ਅਤੇ ਇਸ ਕਰਕੇ ਇਹ ਚਰਚਾਵਾਂ ਦਾ ਬਾਜ਼ਾਰ ਚੱਲ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਜਦੋਂ ਲਗਾਤਾਰ ਐਕਟਿਵ ਹੋ ਗਿਆ ਲਗਾਤਾਰ ਗਿੱਦੜਵਾ ਹਲਕੇ 'ਤੇ ਫੋਕਸ ਕਰ ਰਿਹਾ ਕਿ ਵਾਕਿਆ ਹੀ ਸੁਖਬੀਰ ਸਿੰਘ ਬਾਦਲ ਗਿੱਦੜਵਾ ਤੋਂ ਚੋਣ ਲੜਨਗੇ ਉਹ ਨਾਲ ਖਾਸ ਗੱਲ ਇਹ ਹੈ ਕਿ ਜਿਹੜੇ ਗਿੱਦੜਵਾ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ ਉਹ ਵੀ ਉਹਨਾਂ ਦੇ ਨਾਲ ਹੈ ਉਹਨਾਂ ਨੇ ਵੀ ਕੱਲ੍ਹ ਰਾਤੀ ਫੇਸਬੁੱਕ ਪੋਸਟ ਪਾਈ ਹੈ ਅਤੇ ਜ਼ਿਕਰ ਕੀਤਾ ਹੈ ਕਿ ਅਸੀਂ ਪ੍ਰਧਾਨ ਜੀ ਨਾਲ ਇਹਨਾਂ ਇਹਨਾਂ ਹਲਕਿਆਂ ਦੇ ਇਹਨਾਂ ਪਿੰਡਾਂ ਵਿੱਚ ਸਾਡਾ ਦੌਰਾ ਕੀਤਾ ਅਤੇ ਅੱਜ ਵੀ ਉਹ ਐਕਟੀਵਿਟੀਜ਼ ਜਾਰੀ ਰਹੇਗੀ ਅਤੇ ਇਸ ਕਰਕੇ ਇਹਨਾਂ ਜਿਹੜੀਆਂ ਚਰਚਾਵਾਂ ਨੂੰ ਹੋਰ ਬਲ ਮਿਲਿਆ ਕਿ ਹੁਣ ਵਾਕਿਆ ਹੀ ਗਿੱਦੜਵਾ ਵਿੱਚ ਜਿਹੜਾ ਮੁਕਾਬਲਾ ਹੈ ਆਪਣੇ ਆਪ ਵਿੱਚ ਇੰਟਰਸਟਿੰਗ ਹੋਊਗਾ ਕਿਉਂਕਿ ਜੇ ਸੁਖਬੀਰ ਸਿੰਘ ਬਾਦਲ ਪਾਰਟੀ ਚੀਫ ਹੋਣ ਦੇ ਨਾਤੇ ਚੋਣ ਲੜਦੇ ਆ ਤਾਂ ਜਿਹੜੀ ਚੋਣ ਹੈ ਗਿੱਦੜਵਾ ਦੀ ਉਹ ਹੋਰ ਵੀ ਜਿਹੜੀ ਆ ਰੋਚਕ ਹੋਣ ਦੀ ਸੰਭਾਵਨਾ ਹੈ ਵਿਨੇਸ਼ ਮੈਂ ਉਹੀ ਜ਼ਿਕਰ ਕਰ ਰਹੀ ਸੀ ਹਾਲਾਂਕਿ ਬਾਗੀ ਤੜੇ 'ਚ ਬਗਾਵਤ ਲਗਾਤਾਰ ਜਾਰੀ ਹੈ ਜੇ ਸੁਖਬੀਰ ਸਿੰਘ ਬਾਦਲ ਉੱਥੋਂ ਕੈਂਡੀਡੇਟ ਐਲਾਨੇ ਜਾਂਦੇ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੰਜੀਵਨੀ ਆ ਜੋ ਹੈ ਕੈਂਡੀਡੇਟਰ ਜੋ ਹੈ ਹੋ ਸਕਦਾ ਹੈ ਬਿਲਕੁਲ ਹਾਲਾਂਕਿ ਦੇਖੋ ਸਰਬ ਹਜੇ ਜਿਵੇਂ ਮੈਂ ਦੱਸਿਆ ਕਿ ਚੋਣਾਂ ਹਜੇ ਅਨਾਊਂਸ ਨਹੀਂ ਹੋਈਆਂ
ਕਾਫੀ ਦੂਰ ਹੈ ਹਜੇ ਚੋਣਾਂ, ਕੈਂਡੀਡੇਟ ਤਾਂ ਹਜੇ ਖੈਰ ਅਕਾਲੀ ਦਲ ਨਹੀਂ ਡਿਕਲੇਅਰ ਕਰੂਗਾ, ਪਰ ਇਹ ਕਿ ਜਦੋਂ ਪ੍ਰਧਾਨ ਕਿਸੇ ਵੀ ਪਾਰਟੀ ਦਾ ਪ੍ਰਧਾਨ ਜਾ ਕੇ ਐਕਟੀਵਿਟੀ ਕਰਦਾ ਤਾਂ ਜਿਹੜਾ ਲੋਕਲ ਵਰਕਰ ਹੁੰਦਾ, ਲੋਕਲ ਕੈਡਰ ਹੁੰਦਾ, ਉਹ ਆਪਣੇ ਆਪ ਵਿੱਚ ਬੂਸਟ ਹੋ ਜਾਂਦਾ। ਸਿਰਫ ਉਸ ਹਲਕੇ ਦਾ ਹੀ ਨਹੀਂ, ਉਸਦੇ ਆਸੇ ਪਾਸੇ ਹਲਕਿਆਂ ਦਾ ਵੀ, ਭਾਵੇਂ ਗਿੱਦੜਵਾ ਹੋਵੇ, ਭਾਵੇਂ ਮੁਕਤਸਰ ਹੋਵੇ, ਉਸ ਦੇ ਨਾਲ ਲੱਗਦਾ ਲੰਬੀ ਹਲਕਾ ਦਾ ਬਾਦਲ ਪਰਿਵਾਰ ਦਾ ਆਪਦਾ ਹੀ ਹਲਕਾ ਰਿਹਾ, ਨਾਲ ਮਲੋਟ, ਮਲੋਟ ਹਲਕੇ ਵਿੱਚ ਵੀ ਬਾਦਲ ਪਰਿਵਾਰ ਕਾਫੀ ਐਕਟਿਵ ਰਿਹਾ, ਤੇ ਆਪਾਂ ਕਹਿ ਸਕਦੇ ਹਾਂ ਕਿ ਪੂਰਾ ਮੁਕਤਸਰ ਜ਼ਿਲ੍ਹਾ ਇੱਕ ਤਰੀਕੇ ਨਾਲ ਐਕਟਿਵ ਹੋ ਚੁੱਕਿਆ, ਕਿਉਂਕਿ ਜਦੋਂ ਪ੍ਰਧਾਨ ਕੈਂਪੇਨ ਕਰਦੇ ਆ ਤਾਂ ਆਸੇ ਪਾਸੇ ਦੇ ਹਲਕਿਆਂ ਦੇ ਲੋਕ ਵੀ ਉੱਥੇ ਪਹੁੰਚਦੇ ਆ ਪ੍ਰਧਾਨ ਦੀ ਸਪੋਰਟ ਵਿੱਚ। ਇਸ ਕਰਕੇ ਸੁਭਾਵਿਕ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਉਸ ਹਲਕੇ ਵਿੱਚ ਲਗਾਤਾਰ ਐਕਟਿਵ ਰਹਿੰਦੇ ਆ ਜਾਂ ਚੋਣ ਲੜਦੇ ਆ ਤਾਂ ਅਕਾਲੀ ਦਲ ਦਾ ਜਿਹੜਾ, ਅਕਾਲੀ ਦਲ ਨੂੰ ਸੰਜੀਵਨੀ ਮਿਲ ਸਕਦੀ ਹੈ ਤੇ ਅਕਾਲੀ ਦਲ ਦਾ ਪੂਰਾ ਵਰਕਰ ਤੇ ਕੈਡਰ ਬੇਸ ਹੈ ਜਿਹੜਾ ਬੂਸਟ ਹੋ ਸਕਦਾ ਹੈ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਵਿਨੀ ਸਾਨੂੰ ਤਮਾਮ ਜਾਣਕਾਰੀ ਦੇਣ ਲਈ ਤੇ ਕਿਆ ਸਫਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਬਾਈ ਇਲੈਕਸ਼ਨ ਜ਼ਿਮਨੀ ਚੋਣ ਗਿੱਦੜਬਾਹਾ ਤੋਂ ਲੜ ਸਕਦੇ ਨੇ। ਜ਼ਿਕਰਯੋਗ ਹੈ ਕਿ 2022 ਅਸੈਂਬਲੀ ਇਲੈਕਸ਼ਨਸ ਦੀ ਅਸੀਂ ਗੱਲ ਕਰੀਏ ਤੇ ਰਾਜਾ ਵੜਿੰਗ ਉੱਥੋਂ ਜਿੱਤ ਹੋਏ ਸੀ, ਹਾਲਾਂਕਿ 2017 ਚ ਵੀ ਅੱਜ ਸੀਟ ਹੈ ਕਾਂਗਰਸ ਦੇ ਵੱਲੋਂ ਜਿੱਤੀ ਗਈ ਸੀ। ਰਾਜਾ ਵੜਿੰਗ ਉੱਥੋਂ ਐਮਐਲਏ ਨਿਯੁਕਤ ਹੋਏ ਸੀ, 2022 ਚ ਵੀ ਬੈਕ ਟੂ ਬੈਕ ਉਹ ਉੱਥੋਂ ਜਿੱਤੇ ਸੀ, ਹਾਲਾਂਕਿ 2024 ਲੋਕ ਸਭਾ ਇਲੈਕਸ਼ਨ ਦੀ ਅਸੀਂ ਗੱਲ ਕਰੀਏ ਤੇ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ ਬਕਾਇਦਾ ਕੈਂਡੀਡੇਟ ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਚ ਉਤਰੇ ਸੀ, ਹਾਲਾਂਕਿ ਉੱਥੋਂ ਜਿੱਤ ਵੀ ਗਏ, ਜਿਸ ਤੋਂ ਬਾਅਦ ਗਿੱਦੜਬਾਹਾ ਦੀ ਜੋ ਸੀਟ ਹੈ ਉਹ ਖਾਲੀ ਹੋ ਚੁੱਕੀ ਹੈ ਤੇ ਚਾਰ ਸੀਟਾਂ ਨੇ ਅਸੈਂਬਲੀ ਸੀਟਾਂ ਨੇ ਜਿੱਥੇ ਕਿ ਬਾਏ ਇਲੈਕਸ਼ਨ ਹੋਣੀਆਂ ਨੇ, ਪਰ ਗਿੱਦੜਬਾਹਾ ਸੀਟ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਕਿਆਸ ਚਰਚਾਵਾਂ ਦਾ ਬਾਜ਼ਾਰ ਬੇਹੱਦ ਹੀ ਗਰਮ ਹੈ, ਕਿਉਂਕਿ ਇਸ ਜੋ ਹੈ ਸੀਟ ਤੋਂ ਅਸੈਂਬਲੀ ਸੀਟ ਤੋਂ ਬਾਏ ਇਲੈਕਸ਼ਨ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਖੁਦ ਉੱਥੋਂ ਲੜ ਸਕਦੇ ਨੇ, ਕਿਉਂਕਿ ਜੋ ਕੇਡਰ ਹੈ ਵਰਕਰਸ ਦੀ ਡਿਮਾਂਡ ਹੈ ਕਿ ਸੁਖਬੀਰ ਸਿੰਘ ਬਾਦਲ ਖੁਦ ਉੱਥੋਂ ਚੋਣ ਮੈਦਾਨ 'ਚ ਉਤਰਨ। ਜ਼ਿਕਰਯੋਗ ਹੈ ਕਿ ਇੱਥੋਂ ਭੱਜੋ ਨੇ 80 ਤੇ 1985 'ਚ ਬੈਕ ਟੂ ਬੈਕ ਉਹਨਾਂ ਦੇ ਵੱਲੋਂ ਆ ਵਿਧਾਨ ਸਭਾ ਸੀਟ ਜਿੱਤੀ ਗਈ ਸੀ, ਤੇ ਇਸ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਮਨਪ੍ਰੀਤ ਸਿੰਘ ਬਾਦਲ ਦੀ ਤੇ ਉਹ ਵੀ 4 ਵਾਰ ਇੱਥੋਂ ਵਿਧਾਇਕ ਰਹੇ ਨੇ, ਤੇ ਕਿਆ ਸ਼੍ਰੋਮਣੀ ਅਕਾਲੀ ਦਲ ਦਾ ਰਹੀ ਹੈ ਆ ਸੀਟ ਤੇ ਇਸ ਦੇ ਚੱਲਦੇ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਇੱਥੋਂ ਕੈਂਡੀਡੇਟ ਐਲਾਨੇ ਜਾ ਸਕਦੇ। ਅੱਗੇ ਵਧਣ ਤੇ ਗੱਲ ਕਰਾਂਗੇ ਮੁੰਬਈ ਦੀ। ਮੁੰਬਈ 'ਚ ਸਿੱਖ ਟੀਟੀਈ ਜਸਬੀਰ ਸਿੰਘ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੀ ਲੋਕਲ ਟ੍ਰੇਨ 'ਚ ਆ ਕੁੱਟਮਾਰ ਕੀਤੀ ਗਈ। ਬਿਨਾਂ ਟਿਕਟ ਤੋਂ ਸਫ਼ਰ ਕਰ ਰਹੇ ਕੁੱਝ ਲੋਕਾਂ ਦੇ ਵੱਲੋਂ ਟੀਟੀ ਨੂੰ ਕੁੱਟਿਆ ਗਿਆ। ਦੱਸ ਕੇ ਇੱਕ ਯਾਤਰੀ ਤੇ ਟੀਟੀਈ ਜਸਬੀਰ ਸਿੰਘ ਨੇ ਜੁਰਮਾਨਾ ਲਗਾਇਆ ਸੀ। ਜੁਰਮਾਨੇ ਤੋਂ ਭੜਕੇ ਸ਼ਖਸ ਨੇ ਸਾਥੀਆਂ ਨਾਲ ਮਰ ਕੇ ਟੀਟੀਈ ਦੇ ਨਾਲ ਕੁੱਟਮਾਰ ਕੀਤੀ ਤੇ ਬਾਅਦ 'ਚ ਮੁਲਜ਼ਮ ਨੇ ਟੀਟੀਈ ਜਸਬੀਰ ਸਿੰਘ ਤੋਂ ਮੁਆਫ਼ੀ ਵੀ ਮੰਗੀ, ਹਾਲਾਂਕਿ ਲਿਖਤੀ ਮੁਆਫ਼ੀ ਮੰਗੀ ਗਈ ਹੈ। ਦੋ ਵੱਖ ਵੱਖ ਵੀਡੀਓ ਸਾਹਮਣੇ ਆਈਆਂ ਨੇ, ਇੱਕ 'ਚ ਕੁੱਟਮਾਰ ਕੀਤੀ ਜਾ ਰਹੀ ਹੈ ਟੀਟੀਈ ਦੇ ਨਾਲ ਤੇ ਦੂਸਰੀ ਵੀਡੀਓ ਸਾਹਮਣੇ ਆਈ ਹੈ ਕਿ ਮੁਆਫ਼ੀ ਵੀ ਬੈਕ ਟੂ ਬੈਕ ਮੰਗੀ ਜਾ ਰਹੀ ਹੈ। ਮੁਆਫ਼ੀ ਮੰਗਣ ਤੇ ਮੁਲਜ਼ਮ ਨੂੰ ਚੇਤਾਵਨੀ ਦੇ ਕੇ ਛੱਡਿਆ ਗਿਆ। ਦੱਸ ਕੇ SGPC ਤੇ ਅਕਾਲੀ ਦਲ ਨੇ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ, ਨਿੰਦਾ ਕੀਤੀ ਹੈ। SGPC ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏ, ਐਕਸ਼ਨ ਲਿਆ ਜਾਏ, ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਖ਼ਤ ਸਜ਼ਾ ਦਿੱਤੀ ਜਾਏ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਮੁੰਬਈ ਦੀ AC ਲੋਕਲ ਟ੍ਰੇਨ 'ਚ 3 ਲੋਕ ਯਾਤਰਾ ਕਰ ਰਹੇ ਸੀ, ਪਰ ਉਹਨਾਂ ਦੇ ਪਾਸ ਨੂੰ ਟ੍ਰੇਨ 'ਚ ਮਾਨਤਾ ਨਹੀਂ ਸੀ, ਜਿਸ ਤੋਂ ਬਾਅਦ TTE ਨੇ 1500 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਸੀ, ਜਿਸ ਤੋਂ ਭੜਕੇ ਇਸ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ TTE ਨਾਲ ਕੁੱਟਮਾਰ ਕੀਤੀ ਤੇ ਤਮਾਮ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਇੱਕ ਪਾਸੇ ਤਸਵੀਰ ਹੈ ਕਿਸ ਤਰੀਕੇ ਨਾਲ, ਬੁਰੇ ਤਰੀਕੇ ਨਾਲ ਜੋ ਸਿੱਖ TTE ਨੇ ਜਸਬੀਰ ਸਿੰਘ ਉਹਨਾਂ ਦੇ ਨਾਲ ਆਪਣੇ ਸਾਥੀਆਂ ਨਾਲ ਮਿਲ ਕੇ ਜਿਸ ਸ਼ਖਸ ਤੇ 1500 ਰੁਪਏ ਜੁਰਮਾਨਾ ਕੀਤਾ ਗਿਆ ਸੀ, TTE ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਤਮਾਮ ਹੋਰ ਲੋਕ ਨੇ ਅੰਦਰ ਲੋਕਲ ਟ੍ਰੇਨ ਦੇ ਮੌਜੂਦ ਨੇ। ਸੱਜੇ ਪਾਸੇ ਆ ਲਿਖਤੀ ਮੁਆਫ਼ੀਨਾਮਾ ਹੈ, ਬਾਅਦ 'ਚ ਜੋ ਹੈ ਜਦੋਂ ਮਾਮਲਾ ਪੱਖਿਆ ਤੇ ਸ਼ਖਸ ਦੇ ਵੱਲੋਂ ਲਿਖਤੀ ਮੁਆਫ਼ੀਨਾਮਾ ਦਿੱਤਾ ਗਿਆ ਤੇ ਮਾਫ਼ੀ ਮੰਗਦੇ ਹੋਏ ਵੀ ਅੱਜ ਤਮਾਮ ਸ਼ਖਸ ਨੇ ਤਸਵੀਰਾਂ 'ਚ ਨਜ਼ਰ ਆ ਰਹੇ ਨੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ SGPC ਦੇ ਵੱਲੋਂ ਕਿਹਾ ਗਿਆ ਹੈ ਕਿ ਅੱਜ ਪੂਰੇ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਜੋ ਹੈ
ਉਹ ਦਿੱਤੀ ਜਾਣੀ ਚਾਹੀਦੀ। ਅੱਗੇ ਵਧਣ ਤੇ ਗੱਲ ਕਰਾਂਗੇ ਤਹਿਸੀਲਦਾਰਾਂ ਦੀ। ਤਹਿਸੀਲਦਾਰਾਂ ਨੇ ਆਪਣੀ ਜੋ ਹੜਤਾਲ ਹੈ ਉਸਨੂੰ ਵਾਪਸ ਲੈ ਲਿਆ ਹੈ। ਦੱਸ ਕੇ ਹੁਣ ਕੱਲ੍ਹ ਹੜਤਾਲ ਤੇ ਨਹੀਂ ਜਾਣਗੇ ਤਮਾਮ ਤਹਿਸੀਲਦਾਰ। ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਨਾਲ ਮੀਟਿੰਗ 'ਚ ਇਸ ਬਾਬਤ ਗੱਲਬਾਤ ਹੋਈ ਹੈ, ਸਹਿਮਤੀ ਬਣੀ ਹੈ। ਦੱਸ ਦੇ ਕਿ ਤਹਿਸੀਲਦਾਰ ਨੇ ਕੱਲ੍ਹ ਤੋਂ ਪੰਜਾਬ ਭਰ 'ਚ 3 ਦਿਨਾਂ ਦੀ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਸੀ, ਪਰ ਹੁਣ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਅੱਜ ਹੜਤਾਲ ਦੀ ਕੌਲ ਹੈ ਉਸਨੂੰ ਵਾਪਸ ਲੈ ਲਿਆ ਗਿਆ ਹੈ। ਤਹਿਸੀਲਦਾਰਾਂ ਨੇ ਆਪਣੀ ਜੋ ਹੜਤਾਲ ਕਰਨ ਦੀ ਕੌਲ ਦਿੱਤੀ ਹੋਈ ਸੀ ਉਸਨੂੰ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਤਹਿਸੀਲਦਾਰਾਂ ਨੇ ਕੱਲ੍ਹ ਤੋਂ ਪੰਜਾਬ ਭਰ 'ਚ 3 ਦਿਨਾਂ ਦੀ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਸੀ, ਪਰ ਹੁਣ ਸਰਕਾਰ ਨਾਲ ਮੀਟਿੰਗ ਹੋਈ ਹੈ, ਸਹਿਮਤੀ ਬਣੀ ਹੈ। ਹੁਣ ਹੜਤਾਲ ਦੀ ਕੌਲ ਤਹਿਸੀਲਦਾਰਾਂ ਦੇ ਵੱਲੋਂ ਦਿੱਤੀ ਗਈ ਸੀ ਉਸਨੂੰ ਵਾਪਸ ਲੈ ਲਿਆ ਗਿਆ ਹੈ। ਮੇਰੇ ਨਾਲ ਮੇਰੇ ਸਹਿਯੋਗੀ ਪੰਕਜ ਕਪਾਹੀ ਫੋਨ ਲਾਈਨ ਤੇ ਜੁੜੇ ਹੋਏ ਨੇ। ਪੰਕਜ, ਜਾਣਨਾ ਚਾਹਾਂਗੇ ਕੀ ਕੁਝ ਸਹਿਮਤੀ ਇਸ ਮੀਟਿੰਗ 'ਚ ਮਿਲੀ ਹੈ ਤਾਂ ਜੋ ਤਹਿਸੀਲਦਾਰਾਂ ਦੇ ਵੱਲੋਂ ਇਸ ਹੜਤਾਲ ਦੀ ਕੌਲ ਨੂੰ ਵਾਪਸ ਲੈ ਲਿਆ ਗਿਆ। ਦੇਖੋ, ਕਿਉਂਕਿ ਕੱਲ ਹੀ ਨਿਊਜ਼ 18 ਨੇ ਪ੍ਰਮੁੱਖਤਾ ਦੇ ਨਾਲ ਖਬਰ ਦਿਖਾਈ ਸੀ ਕਿ ਕਿਸ ਤਰੀਕੇ ਦੇ ਨਾਲ ਤਹਿਸੀਲਦਾਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ 19-21 ਦਿਨ ਦੀ ਸਟ੍ਰਾਈਕ ਦਾ ਫੈਸਲਾ ਜਿਹੜਾ ਉਹ ਕੀਤਾ ਹੋਇਆ। ਉਸ ਤੋਂ ਬਾਅਦ ਸਰਕਾਰ ਐਕਸ਼ਨ ਦੇ ਵਿੱਚ ਆਈ ਔਰ ਅੱਜ ਹੀ ਮੀਟਿੰਗ ਜਿਹੜੀ ਹੈ ਥੋੜ੍ਹੀ ਦੇਰ ਪਹਿਲਾਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਹੋਰਾਂ ਨੇ ਤਹਿਸੀਲਦਾਰਾਂ ਦੇ ਨਾਲ ਸੱਦ ਲਈ ਔਰ ਇਸ ਮੀਟਿੰਗ ਦੇ ਵਿੱਚ ਜੋ ਨਿਊਜ਼ 18 ਨੂੰ ਸਭ ਤੋਂ ਪਹਿਲਾਂ ਜਾਣਕਾਰੀ ਮਿਲੀ ਹੈ ਕਿ ਤਹਿਸੀਲਦਾਰਾਂ ਨੇ ਸਹਿਮਤੀ ਜਤਾਈ ਹੈ। ਤਹਿਸੀਲਦਾਰ ਦੇ ਜਿਹੜੇ ਪ੍ਰਧਾਨ ਨੇ ਐਸੋਸੀਏਸ਼ਨ ਦੇ ਮਿਸਟਰ ਚੰਨੀ, ਉਹਨਾਂ ਨੇ ਜਿਹੜਾ ਬ੍ਰਹਮ ਸ਼ੰਕਰ ਜਿੰਪਾ ਹੋਰਾਂ ਦੇ ਨਾਲ ਇਹ ਕਿਹਾ ਕਿ ਜਿਹੜੇ ਸਾਡੀਆਂ ਮੰਗਾਂ ਨੇ ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਔਰ ਸਰਕਾਰ ਨੇ ਭਰੋਸਾ ਦਿੱਤਾ ਕਿ ਤੁਹਾਡੀਆਂ ਕੁਛ। ਦੇਖੋ, ਇਹਨਾਂ ਦੀਆਂ 3-4 ਅਹਿਮ ਮੰਗਾਂ ਨੇ। ਪਹਿਲੀ ਮੰਗ ਇਹ ਹੈ ਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਡੀ ਦਿਨ ਰਾਤ ਦੀ ਨੌਕਰੀ ਹੁੰਦੀ ਹੈ ਤਾਂ ਸਾਨੂੰ ਕਈ ਥਾਵਾਂ ਦੇ ਉੱਤੇ ਜਾਣਾ ਪੈਂਦਾ ਵਾ। ਸਾਨੂੰ ਸਰਕਾਰੀ ਸੁਰੱਖਿਆ ਮੁਲਾਜ਼ਮ ਜਿਹੜਾ ਵਾ ਉਹ ਹਰ ਤਹਿਸੀਲ ਦੇ ਵਿੱਚ ਹੋਣਾ ਚਾਹੀਦਾ ਹੈ। ਇੱਕ ਮੰਗ ਇਹਨਾਂ ਦੀ ਇਹ ਹੈ। ਦੂਸਰੀ ਮੰਗ ਇਹਨਾਂ ਦੀ ਇਹ ਹੈ ਕਿ ਜਿਹੜੀ ਕਿਸੇ ਜਗ੍ਹਾ ਦੇ ਉੱਤੇ ਜਾਣ ਦੇ ਲਈ ਇਹਨਾਂ ਨੂੰ ਸਰਕਾਰੀ ਗੱਡੀ ਤੇ ਸਰਕਾਰੀ ਡਰਾਈਵਰ ਮਿਲਣਾ ਚਾਹੀਦਾ। ਹਾਲਾਂਕਿ ਸਰਕਾਰ ਵੱਲੋਂ ਪ੍ਰਾਈਵੇਟ ਜਿਹੜਾ ਵਾ ਗੱਡੀ ਦਿੱਤੀ ਹੋਈ ਸੀਗੀ ਔਰ ਉਸਦਾ ਮਹੀਨੇ ਦਾ 45,000 ਰੁਪਏ ਖਰਚਾ ਜਿਹੜਾ ਆਉਂਦਾ ਸੀਗਾ, ਲੇਕਿਨ ਇਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਾਈਵੇਟ ਗੱਡੀ ਦੇ ਵਿੱਚ ਸਾਡੀ ਪ੍ਰਾਈਵੇਸੀ ਨਹੀਂ ਰਹਿੰਦੀ ਔਰ ਸਰਕਾਰੀ ਗੱਡੀ ਸਾਨੂੰ ਦਿੱਤੀ ਜਾਵੇ। ਕੰਟਰੈਕਟ ਦੇ ਉੱਤੇ ਡਰਾਈਵਰ ਜਿਹੜਾ ਵਾ ਉਹ ਭਾਵੇਂ ਹੋਵੇ, ਲੇਕਿਨ ਸਾਨੂੰ ਸਰਕਾਰੀ ਗੱਡੀ ਜਿਹੜੀ ਉਹ ਮਿਲਣੀ ਚਾਹੀਦੀ ਹੈ। ਤਾਂ ਸਰਕਾਰ ਨੇ ਇਸ ਗੱਲ ਨੂੰ ਵੀ ਮੰਨ ਲਿਆ ਔਰ ਨਾਲ ਹੀ ਨਾਲ ਜਿਹੜੀ ਸਿਕਿਉਰਿਟੀ ਦਾ ਜ਼ਿਕਰ ਸੀਗਾ ਉਹ ਤੁਰੰਤ DGP ਨੂੰ ਕੈਬਨਿਟ ਮੰਤਰੀ ਨੇ ਕਿਹਾ ਕਿ ਇਹਨਾਂ ਨੂੰ ਸਿਕਿਉਰਿਟੀ ਮੁਹੱਈਆ ਜਿਹੜੀ ਆ ਉਹ ਕਰਵਾਈ ਜਾਵੇ। ਔਰ ਤੀਸਰੀ ਇਹਨਾਂ ਦੀ ਮੰਗ ਸੀਗੀ ਕਿ ਜਿਹੜੇ ਕੁਛ ਥਾਵਾਂ ਦੇ ਉੱਤੇ FIR ਜਿਹੜੀ ਹੈ ਉਹ ਤਹਿਸੀਲਦਾਰਾਂ ਦੇ ਉੱਤੇ ਹੋਈ ਹੈ ਔਰ ਉਹਨਾਂ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਈ ਤਾਂ ਕੁਛ ਵੀ ਤੱਥ ਸਾਹਮਣੇ ਨਹੀਂ ਆਏ, ਤਾਂ ਉਹ FIR ਜਿਹੜੀ ਹੈ ਤੁਰੰਤ ਰੱਦ ਕਰਕੇ ਜਿਹੜਾ ਵਾ ਜਿਹੜੇ ਤਹਿਸੀਲਦਾਰ ਨੇ ਜਿਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਉਹ ਆਪਣੇ ਕੰਮ ਤੇ ਪਰ ਸਕਣ। ਇਹ ਇਹਨਾਂ ਦੀਆਂ ਕੁਛ ਮੰਗਾਂ ਸੀਗੀਆਂ ਜਿਹਨਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਸਰਕਾਰ ਅਤੇ ਤਹਿਸੀਲਦਾਰਾਂ ਦੇ ਵਿਚਾਲੇ। ਔਰ ਥੋੜੀ ਦੇਰ 'ਚ ਤੁਹਾਨੂੰ ਜਿਹੜੇ ਤਹਿਸੀਲਦਾਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਮਿਸਟਰ ਚੰਨੀ, ਉਹਨਾਂ ਦੀ ਵੀ ਬਾਈਟ ਸੁਣਾਵਾਂਗੇ। ਬ੍ਰਹਮ ਸ਼ੰਕਰ ਜਿੰਪਾ ਹੋਰਾਂ ਦੇ ਨਾਲ ਬੈਠ ਕੇ ਉਹਨਾਂ ਨੇ ਇਹ ਕਿਹਾ ਕਿ ਸੋਮਵਾਰ ਨੂੰ ਯਾਨੀ ਕਿ ਕੱਲ੍ਹ ਦੇ ਦਿਨ ਜਿਹੜੀ ਸਾਡੀ ਸਟ੍ਰਾਈਕ ਸੀਗੀ ਉਹ ਅਸੀਂ ਸਟ੍ਰਾਈਕ ਨਹੀਂ ਕਰਾਂਗੇ ਔਰ ਕੱਲ੍ਹ ਤੋਂ ਅਸੀਂ ਕੰਮ 'ਤੇ ਜਿਹੜਾ ਵਾ ਉਹ ਜਾਵਾਂਗੇ। ਲੇਕਿਨ ਨਾਲ ਹੀ ਸਰਕਾਰ ਨੇ ਵੀ ਕਿਹਾ ਕਿ ਜਿਹੜੀਆਂ ਮੰਗਾਂ ਦਾ ਭਰੋਸਾ ਦਿੱਤਾ ਵਾ ਉਹਨੂੰ ਅਮਲੀ ਜਾਮਾ ਵੀ ਜਲਦ ਤੋਂ ਜਲਦ
ਜਿਹੜਾ ਵਾ ਸਰਕਾਰ ਪਹਿਨਾਵੇ। ਔਰ ਦੂਸਰਾ ਵੀ ਇਹ ਕਿ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਹੋਰਾਂ ਦਾ ਵੀ ਸਟੇਟਮੈਂਟ ਜਿਹੜੀ ਅਗਲੇ ਕੁਛ ਮਿੰਟ ਦੇ ਵਿੱਚ ਤੁਹਾਨੂੰ ਸੁਣਾਵਾਂਗੇ। ਜੋ ਉਹਨਾਂ ਨੇ ਕਿਹਾ ਕਿ ਅੱਜ ਮੀਟਿੰਗ ਹੋਈ ਸੀ, ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀਗੀ, ਔਰ ਤਹਿਸੀਲਦਾਰਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਸਰਕਾਰ ਨੇ ਮੰਨ ਲਈਆਂ ਨੇ। ਔਰ ਕੱਲ੍ਹ ਤੋਂ ਜਿਹੜੇ ਲੋਕ, ਕਿਉਂਕਿ ਕਈ ਥਾਵਾਂ ਦੇ ਉੱਤੇ ਸੋਮਵਾਰ ਦਾ ਦਿਨ ਬਹੁਤ ਅਹਿਮ ਹੁੰਦਾ ਵਾ ਤਹਿਸੀਲ ਦੇ ਵਿੱਚ, ਤਾਂ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਭੰਬੜ ਭੂਸਾ ਸੀਗਾ ਕਿ ਸਟ੍ਰਾਈਕ ਹੋਏਗੀ ਨਹੀਂ ਹੋਏਗੀ, ਤਾਂ ਹੁਣ ਇਹ ਫੈਸਲਾ ਹੋ ਗਿਆ ਕਿ ਸਟ੍ਰਾਈਕ ਨਹੀਂ ਹੋਏਗੀ, ਔਰ ਕੱਲ੍ਹ ਨੂੰ ਜਿਹੜੇ ਵੀ ਲੋਕਾਂ ਨੇ ਤਹਿਸੀਲ 'ਚ ਆਪਣਾ ਕੰਮ ਕਰਵਾਉਣਾ ਉਹ ਆਪਣਾ ਕੰਮ ਕਰਵਾ ਸਕਣਗੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂੰ ਡਿਟੇਲਸ ਜਾਣਕਾਰੀ ਦੇਣ ਲਈ। ਤਾਂ ਮੀਟਿੰਗ ਹੋਈ ਹੈ, ਤਮਾਮ ਮੀਟਿੰਗ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਮੌਜੂਦ ਨੇ, ਤਹਿਸੀਲ ਜੋ ਐਸੋਸੀਏਸ਼ਨ ਦੇ ਤਮਾਮ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਨੇ। ਆਹ ਮੀਟਿੰਗ ਹੋਈ ਹੈ, ਸਹਿਮਤੀ ਬਣ ਗਈ ਹੈ ਤਮਾਮ ਮੰਗਾਂ ਨੂੰ ਲੈ ਕੇ ਜੋ ਹੜਤਾਲ ਦੀ ਕੌਲ ਦਿੱਤੀ ਗਈ ਸੀ, ਹਾਲਾਂਕਿ ਸਹਿਮਤੀ ਬਣਨ ਤੋਂ ਬਾਅਦ ਉਹ ਹੜਤਾਲ ਦੀ ਕੌਲ ਨੂੰ ਵਾਪਸ ਲੈ ਲਿਆ ਗਿਆ ਹੈ। ਤੇ ਕਹਿ ਸਕਦੇ ਕਿ ਕਾਲਪੁਰ ਦੇ ਤਹਿਸੀਲ ਲਾਂਚ ਕੰਮ ਹੁੰਦੇ ਨੇ ਉਹ ਆਮ ਵਾਂਗ ਚੱਲਣਗੇ, ਆਮ ਲੋਕਾਂ ਨੂੰ ਖੱਜਲ ਖੁਆਈ ਦਾ ਸਾਹਮਣਾ ਨਹੀਂ ਕਰਨਾ ਪਏਗਾ। ਇਸ ਦੇ ਵਿਚਾਲੇ ਤਿੰਨ ਇਹਨਾਂ ਦੀਆਂ ਅਹਿਮ ਡਿਮਾਂਡ ਸੀਗੀਆਂ, ਅਹਿਮ ਮੰਗਾਂ ਸੀਗੀਆਂ ਕਿ ਸਰਕਾਰੀ ਸੁਰੱਖਿਆ ਮੁਲਾਜ਼ਮ ਇਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਏ, ਦੂਜੀ ਸੀ ਕਿ ਸਰਕਾਰੀ ਗੱਡੀ ਤੇ ਸਰਕਾਰੀ ਡਰਾਈਵਰ ਜੋ ਹੈ ਤਹਿਸੀਲਦਾਰਾਂ ਨੂੰ ਪ੍ਰੋਵਾਈਡ ਕਰਵਾਇਆ ਜਾਏ, ਉਹ ਵੀ ਡਿਮਾਂਡ ਮੰਨ ਲਈ ਗਈ ਹੈ। ਤੀਜੀ ਸੀ ਕਿ ਕਈ ਥਾਵਾਂ ਤੇ ਤਹਿਸੀਲਦਾਰਾਂ ਦੇ ਖਿਲਾਫ FIR ਦਰਜ ਕੀਤੀ ਗਈ ਸੀ, ਹਾਲਾਂਕਿ ਇਨਵੈਸਟੀਗੇਸ਼ਨ ਕੀਤੀ ਗਈ, ਕੋਈ ਵੀ ਤੱਥ ਸਾਹਮਣੇ ਨਹੀਂ ਆਇਆ। ਉਹਨਾਂ ਤਮਾਮ ਇਨਵੈਸਟੀਗੇਸ਼ਨ ਨੂੰ FIR ਨੂੰ ਰੱਦ ਕੀਤਾ ਜਾਏ। ਆ ਤਮਾਮ ਤਿੰਨ ਮੰਗਾਂ ਦੇ ਚਲਦੇ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਦੀ ਕੌਲ ਦਿੱਤੀ ਗਈ ਸੀ, ਪਰ ਸਹਿਮਤੀ ਬਣਨ ਤੋਂ ਬਾਅਦ ਹੁਣ ਹੜਤਾਲ ਦੀ ਜੋ ਕੌਲ ਹੈ ਉਹ ਵਾਪਸ ਲੈ ਲਈ ਗਈ।